ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਕਰਦੇ ਹਾਂ ਜੀ ਪਿੰਡ ਡੇਅਰੀ ਫਾਰਮ ਵਿੱਚ। ਆਪਾਂ ਪਹੁੰਚ ਚੁੱਕੇ ਹਾਂ ਪਿੰਡ ਸੁਧਾਰ, ਜ਼ਿਲ੍ਹਾ ਅੰਮ੍ਰਿਤਸਰ, ਤਹਿਸੀਲ ਬਾਬਾ ਬਕਾਲਾ। ਇਸ ਘਰ 'ਚੋਂ ਪਹਿਲਾਂ ਵੀਡੀਓ ਬਣਦੀ ਰਹਿੰਦੀ ਆ। ਅੱਜ ਫੇਰ ਪਹੁੰਚੇ ਹਾਂ, ਵੀਰ ਨੇ ਦੋ ਵੈੜਾਂ ਸੇਲ ਕਰਨੀਆਂ ਜੀ, ਜਿਨ੍ਹਾਂ ਵਿੱਚ ਇੱਕ ਤਾਜ਼ੀ ਸੂਈ ਆ ਅਤੇ ਇੱਕ ਤੋਕੜ ਗੱਭਣ ਵੈੜ ਆ ਜੀ। ਚੰਗੇ ਰਿਕਾਰਡ ਆ ਵੈੜਾਂ ਦੇ। ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਜੀ, ਨੰਬਰ ਨੋਟ ਕਰ ਲਓ 8586006019। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ। ਸਭ ਤੋਂ ਪਹਿਲਾਂ ਬੇਨਤੀ ਇਹ ਆ ਕਿ ਕਿਸੇ ਨੇ ਵੀਡੀਓ ਤੋਂ ਡੰਗਰ ਖਰੀਦਣਾ ਆ ਕੇ ਆਪਣਾ ਦੋ ਟਾਈਮ ਸੂਇਆ ਡੰਗਰ ਚੁਆਈ ਕਰਕੇ ਲੈ ਕੇ ਜਾਇਆ ਕਰੋ, ਅਤੇ ਜਿਹੜਾ ਗੱਭਣ ਪਸ਼ੂ ਆ ਉਹਨੂੰ ਚੈੱਕ ਪਾਸ ਕਰਾ ਕੇ ਥਾਂ ਟਿੱਪ ਕੇ ਲੈ ਕੇ ਜਾਇਆ ਕਰੋ ਜੀ, ਤਾਂ ਜੋ ਕਿਸੇ ਕਿਸਮ ਦਾ ਲਾਂਭਾ ਨਾ ਰਹਿ ਸਕੇ। ਆਪਾਂ ਗੱਲਬਾਤ ਕਰਾਉਂਦੇ ਹਾਂ ਗਿਆਨਵੀਰ ਨਾਲ ਅਤੇ ਇਹਨਾਂ ਦੀ ਡਿਟੇਲ ਲੈਂਦੇ ਹਾਂ ਜੀ। ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਭਾਈ, ਕੀ ਹਾਲ ਚਾਲ ਆ ਜੀ? ਚੜ੍ਹਦੀ ਕਲਾ, ਤੁਸੀਂ ਸੁਣਾਓ? ਕਿੰਨੇ ਬਹੁ ਸੇਲ ਕਰਨੇ ਅੱਜ? ਵੀਰੇ ਦੋ ਅੱਜ। ਦੋ? ਹਾਂਜੀ। ਇੱਕ ਤਾਜ਼ੀ ਸੂਈ? ਇੱਕ ਤਾਜ਼ੀ ਸੂਈ, ਇੱਕ ਤੋਕੜ ਗੱਭਣ। ਠੀਕ ਹੈ ਜੀ। ਐਡਰੈਸ ਦੱਸ ਦਿਓ ਭਾਅ ਜੀ ਆਪਣਾ। ਨਾਮ ਮੇਰਾ ਗਿਆਨ ਸਿੰਘ, ਪਿੰਡ ਸੁਧਾਰ ਆਏ ਪੁੱਤਾਂ, ਤਹਿਸੀਲ ਬਾਬਾ, ਜ਼ਿਲ੍ਹਾ ਅੰਮ੍ਰਿਤਸਰ। ਠੀਕ ਹੈ ਜੀ। ਮੋਬਾਈਲ ਨੰਬਰ 9872684269। ਠੀਕ ਹੈ, ਠੀਕ ਹੈ। ਹਾਂਜੀ, ਸਹੀ ਹੈ। ਅਤੇ ਆਪਾਂ ਸ਼ੁਰੂਆਤ ਕਰਦੇ ਹਾਂ ਤਾਜ਼ੀ ਸੂਈ ਵੈੜ ਤੋਂ। ਪਹਿਲਾਂ ਆਪਾਂ ਵੱਛੀ ਚੈੱਕ ਕਰਾਂਗੇ। ਆਹ ਵੇਖੋ ਜੀ, ਵੱਛੀ ਆ, ਆਹ ਨਾੜੂ ਨਾਲ ਹੀ ਆ ਜੀ। ਆਹ ਵੇਖੋ ਜੀ, ਕਿੰਨੇ ਦਿਨ ਹੋ ਗਏ ਵੀਰ ਜੀ ਸੂਈ ਨੂੰ? ਸੂਈ ਨੂੰ ਅਜੇ ਤੀਜਾ ਦਿਨ ਅੱਜ। ਅੱਛਾ, ਤੀਜਾ ਦਿਨ। ਹਾਂ, ਥਾਣ ਥੁਣ ਚੈੱਕ ਕਰ ਲਓ, ਬੜਾ ਸੋਹਣਾ ਲੱਗਾ। ਆਹ ਵੇਖੋ, ਫੇਸ ਵੀ ਸੋਹਣਾ ਵੈੜ ਦਾ, ਕੱਦ ਕਾਠ ਵੀ ਚੰਗਾ। ਆਹ ਵੇਖੋ ਸੂਆ ਭਾਅ ਜੀ, ਕਿਨਵਾ ਇਹਦਾ ਸੂਆ? ਵੀਰੇ ਦੂਜਾ ਆਇਆ। ਅੱਛਾ, ਦੂਜਾ ਸੂਆ ਸੂਈ ਆ। ਠੀਕ ਹੈ ਜੀ। ਅਤੇ ਪਹਿਲੇ ਸੂਏ ਦੁੱਧ ਕਿੰਨਾ ਕੁ ਚੁਆਇਆ ਇਹਨੇ? ਘਰ 14-15 ਲੀਟਰ ਕਹਿੰਦੇ। ਠੀਕ ਹੈ ਜੀ। ਅਤੇ ਹੁਣ ਇਹਦੇ ਕੋਲ ਕਿੰਨਾ ਵਾ? ਸਵੇਰੇ ਆਪਾਂ ਖਾਲੀ ਕੀਤੀ ਸਾਰੀ ਅੱਜ। ਹਾਂਜੀ, ਕੋਈ 9 ਲੀਟਰ ਦੁੱਧ ਲਾ ਲਿਆ, ਕੋਈ ਬੋਲਾ ਲਾ ਲਿਆ ਇਹਨਾਂ ਦਾ। ਠੀਕ ਹੈ ਜੀ। ਹਾਂ, ਦੋਵਾਂ ਟਾਈਮਾਂ ਦਾ? ਦੋਵਾਂ ਟਾਈਮਾਂ ਦਾ 9 ਲੀਟਰ ਬੋਲਾ ਹੀ ਆ, ਮੱਛੀ ਦਾ ਪਾ ਕੇ। ਠੀਕ ਹੈ ਜੀ, ਠੀਕ ਹੈ। ਇਹਨੂੰ ਤੋਰੀਏ। ਆਹ ਵੇਖੋ ਜੀ, ਬਹੁਤ ਹੀ ਸੋਹਣਾ ਪ੍ਰਿੰਟ ਆ। ਅਤੇ ਬਾਕੀ ਇਹ ਆ ਕਿ ਤਾਜ਼ੀ ਸੂਈ ਆ ਇਸ ਟਾਈਮ 'ਤੇ, 9 ਲੀਟਰ ਇਹਦੇ ਕੋਲ ਤਿਆਰ ਆ ਜੀ। ਹਵਾ ਨਹੀਂ ਧੱਕ, ਗਾਂਹ ਨੂੰ ਆ ਥੋੜ੍ਹੀ ਜੀ, ਅਤੇ ਥਾਣ ਮੁੱਠੀ ਦੀ ਚੁਆਈ ਵਾਲਾ ਲੱਗਾ, ਬਹੁਤ ਹੀ ਸੋਹਣਾ। ਆਹ ਵੇਖੋ ਜੀ, ਤਾਂ ਧੱਕ ਸਾਰੀ ਅੱਗੇ ਨੂੰ ਇਹਦੀ ਵੇਖ ਸਕਦੇ ਹਾਂ। ਕੱਦ ਕਾਰਡ ਕਾਫੀ ਚੰਗਾ ਵਾ, ਛੋਟੀ ਨਹੀਂ ਗੀ, ਬੇਲ ਵੀ ਕਾਫੀ ਲੰਬੀ ਆ। ਆਹ ਵੇਖ ਸਕਦੇ। ਤੇ ਇਹ ਸੂਈ ਭਾਅ ਜੀ ਤੁਹਾਡੇ ਕੋਲ ਹੀ ਆ? ਨਹੀਂ ਵੀਰੇ, ਆਪਣੇ ਕੋਲ ਨਹੀਂ ਸੂਈ। ਅੱਛਾ ਜੀ। ਇਹ ਸੂਈ ਆ, ਪਿਛਲੇ ਘਰ ਸੂਈ ਆ, ਤੇ ਆਪਾਂ ਜਦੋਂ ਸੂਈ ਆ ਤੇ ਸੌਦਾ ਆਪਣਾ ਪਹਿਲਾਂ ਹੋ ਗਿਆ ਹੈਗਾ, ਤੇ ਸੂਣ ਤੇ ਮੈਂ ਲੈ ਕੇ ਆਇਆ। ਠੀਕ ਆ। ਤੇ ਜੇਰ ਜੂਰ ਪਾਤੀ ਸੀ ਪ੍ਰੋਪਰ? ਓਕੇ ਭਾਅ ਜੀ, ਆਪਾਂ ਨੂੰ ਵੀਡੀਓ ਵੀ ਸਾਰਾ ਕੁਝ ਆ ਗਿਆ। ਠੀਕ। ਇਹਦਾ ਮੁੱਲ ਕਿੰਨਾ ਕੁ ਵੀਰ ਜੀ ਕਰਨਾ? ਇਹ ਮੁੱਲ 37,000 ਰੁਪਈਆ ਦਾ। ਅੱਛਾ ਜੀ। ਤੇ ਮਾਣ ਕਿੰਨਾ ਕਰਨਾ? 2,000 ਹੀ ਕਰਨਾ ਚਾਹੀਦਾ। 35,000 ਦੀ? 35,000 ਦੀ। ਉਹ 'ਚ ਛੋਟ ਛੂਟ ਹੋ ਜੂਗੀ? ਕਰ ਦਾਂਗੇ ਵੀਰੇ, ਕਰ ਦਾਂਗੇ। ਠੀਕ ਹੈ। ਤੇ ਦੁੱਧ ਕਿੰਨਾ ਚਵਾਊਗੀ ਉਦਾਂ? ਇਹ ਉਹਨਾਂ 'ਚ 14-15 ਕਿਲੋ ਪਹਿਲਾਂ ਨੇ ਚੋਇਆ, ਤੇ ਬਾਕੀ ਦੇ ਦਿਓ, ਵੱਡੀ ਗੱਲ ਨਹੀਂ ਭਾਈ, 14-15 ਕਿਲੋ ਦੁੱਧ ਦਊਗੀ। ਠੀਕ ਆ। ਖਾਣ ਥੋਣ ਬੜਾ ਸੋਹਣਾ ਲੱਗਾ ਵੀਰ ਨੇ। ਇਹ ਲੱਸੀ ਨਹੀਂ ਗੀ, ਇਹ ਸੂਈ ਆ ਤਾਜ਼ੀ। ਅੱਛਾ, ਥੋੜੀ ਲੱਪੇ ਦੇ ਵਿੱਚ ਆ ਇਹ। ਠੀਕ ਆ, ਠੀਕ ਆ। ਬਾਕੀ ਵੱਛੀ ਵੱਲੋਂ ਕਿਹੜੀ ਤਗੜੀ, ਮਗਰ ਨਾੜੋਂ ਤਾਂ ਗਿੱਲਾ ਹੀ ਆ ਮਗਰ। ਹਾਂ, ਵੱਛੀ ਦਾ ਵੀ ਇਹ ਆ ਕਿ ਕਾਇਮ ਆ, ਪੂਰੀ ਚੰਗੀ ਵੱਡੀ ਆ। ਹਾਂਜੀ, ਥੋੜੀ ਲੱਪੇ ਦੇ ਵਿੱਚ ਆਈ ਤਾਂ ਲੱਸੀ ਚੱਲਦੀ। ਹਾਂ, ਤਾਜ਼ਾ ਸੂਆ ਡੰਗਰ ਸਾਰਿਆਂ ਨੂੰ ਪਤਾ ਕਿ ਥੋੜਾ ਲੱਪੇ 'ਚ ਆ ਜਾਂਦਾ ਵਾ। ਤੇ ਥਾਣ ਥੁਣ ਦੋਵਾਂ ਪਰ ਆਪਾਂ ਦਿਖਾ ਦਿੰਦੇ ਹਾਂ ਇੱਕ ਨਾ। ਨਿਆਣਾ ਪਾ ਕੇ ਚੋਨੇ ਆ? ਆ ਵੇਖੋ ਜੀ, ਰੱਸੀ ਨਹੀਂ ਪਾਈ ਦੇਣ? ਆ, ਰੱਸੀ ਪਾਉਣ ਦੀ ਨਹੀਂ ਕੋਈ ਲੋੜ, ਠੰਡੀ ਧੀਰੀ ਆ। ਆ ਵੇਖੋ ਜੀ, ਠੰਡੀ ਧੀਰੀ ਆ, ਬਿਲਕੁਲ ਵੇਖ ਸਕਦੇ ਆ। ਦੂਜੇ ਨੰਬਰ ਤੇ ਦਿਖਾਉਣੀ ਆ ਤੋਕੜ ਗੱਭਣ ਭਾਅ ਜੀ। ਹਾਂਜੀ, ਆ ਵੇਖੋ ਜੀ, ਤੋਕੜ ਗੱਭਣ ਥਾਣ ਥੁਣ ਇਹਦਾ ਬੜਾ ਸੋਹਣਾ ਲੱਗਾ, ਵੇਖ ਸਕਦੇ ਆ। ਇਹ ਕਿੰਨੇ ਚਿਰ ਦੀ ਗੱਭਣ ਆ ਵੀਰ ਜੀ? ਵੀਰੇ ਆਪਾਂ ਚੈੱਕ ਕਰੀ, 2 ਮਹੀਨੇ ਦੀ ਗੱਭਣ ਹੈਗੀ। ਅੱਛਾ ਜੀ। ਹਾਂ,
ਠੀਕ ਆ ਦੋਵਾਂ ਮਹੀਨੇ ਦੀ ਗੱਲ ਹੈ ਵੀਰ ਆਪਣੀ ਤਸੱਲੀ ਕਰਕੇ ਖੜੇ ਸੀ ਡਾਕਟਰ ਲੈ ਆਵੇ ਤੇ ਦੁੱਧ ਕਿੰਨਾ ਇਹਦੇ ਕੋਲ ਇਸ ਟਾਈਮ ਤੇ 7.5 ਲੀਟਰ ਦੁੱਧ ਤੇ ਸੂਆ ਇਹਦਾ ਕਿਨਵਾ ਸੂਆ ਦੂਜਾ ਦੂਜਾ ਸੂਆ ਠੀਕ ਹੈ ਜੀ ਆਹ ਵੇਖ ਲਓ ਪ੍ਰਿੰਟ ਚੈੱਕ ਕਰ ਲਓ 7 ਲੀਟਰ ਦੁੱਧ ਦਾਦਾ ਵੀਰ ਥਾਣਾ ਵੇਖ ਲਓ ਜੀ ਵੀਰ ਜੀ ਇਹਦਾ ਥਾਣਾ ਇੱਕ ਥੋੜਾ ਉੱਚਾ ਰੱਖਦੀ ਆ ਮੰਗਲੇ ਥਾਣੇ ਦਾ ਦੁੱਧ ਘੱਟ ਹੈ ਕਿਹਦੇ ਅੱਛਾ ਉਰਲੇ ਥਾਂ ਦੇ ਦੁੱਧ ਘੱਟ ਹੈ ਬਹਿਣੀ ਵਾਲੇ ਬੰਨੇ ਹਾਂ ਬਹਿਣੀ ਵਾਲੇ ਬੰਨੇ ਰੱਸੀ ਪਾ ਕੇ ਚੋਨੇ ਇਹਨੂੰ ਨਹੀਂ ਨਹੀਂ ਰੱਸੀ ਨਹੀਂ ਪਾਉਣੀ ਠੀਕ ਹੈ ਜੀ ਅੱਧਾ ਵਾ ਕੇ ਆਉਂਦਾ ਹੀ ਨਹੀਂ ਆ ਅੱਧੇ ਵੱਧ ਅੱਛਾ ਹਾਂ ਠੀਕ ਹੈ ਵੱਧ ਆ ਪੌਣੇ ਚਾਰ ਹੋਊਗਾ ਹਾਂ ਪੌਣੇ ਚ ਠੀਕ ਹੈ ਇਹਨੂੰ ਤੋੜ ਦਿਓ ਵੀਰ ਜੀ ਆਹ ਵੇਖੋ ਜੀ ਪੂਰੀ ਕੈਮ ਆ ਖਿੱਚ ਖਿੱਚ ਲਈ ਜਾਂਦੀ ਵੀਰ ਨੇ ਆਹ ਵੇਖ ਸਕਦੇ ਆ 7 ਲੀਟਰ ਦੁੱਧ ਤਿਆਰ ਆ ਤੇ ਦੋਵਾਂ ਮਹੀਨਿਆਂ ਦੀ ਵੀਰ ਗੱਭਣ ਦੱਸਦਾ ਵਾ ਆਹ ਵੇਖੋ ਤੇ ਇੱਕ ਥਾਂ 'ਚ ਧਾਰਾਂ ਘੱਟ ਆਉਂਦੀਆਂ ਥੋੜ੍ਹੀਆਂ ਸੱਜਰ ਨੇ ਭਾਈ ਕਿੰਨਾ ਦੁੱਧ ਚਵਾਇਆ ਨੇ ਪਿਛਲੇ ਥਾਂ ਚ ਆ ਜਿਹੜਾ ਥੋੜਾ ਉੱਚਾ ਲੱਗਦਾ ਇਧਰ ਆ ਵੇਖ ਸਕਦੇ ਆ ਬਾਕੀ ਠੀਕ ਆ ਓਕੇ ਆ ਰੱਸੀ ਪਾ ਕੇ ਚਾਹੁੰਦੇ ਕਿਦਾਂ ਰੱਸੀ ਨੀ ਪਾਉਂਦੇ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਮਾਣਦਾਨ ਹੋ ਜੂਗਾ ਤੋਕੜ ਕੱਬਣ ਵੈੜ ਆ ਕਰਨੀ ਭਾਜੀ ਕੋਈ ਗੱਲ ਬਾਤ ਹਾਂਜੀ ਹਾਂਜੀ ਤੇ ਆਹੀ ਦੋ ਪਸ਼ੂ ਸੇਲ ਕਰਨੇ ਆ ਜੀ ਜਿਹਦੇ ਵਿੱਚ ਇੱਕ ਤਾਜ਼ੀ ਸੂਈ ਆ ਤੇ ਇੱਕ ਤੋਕੜ ਗੱਬਣ ਵੀਰ ਨੂੰ ਫੋਨ ਕਰ ਲਿਓ ਆਪਣੀ ਆ ਕੇ ਜਿਹੜੀ ਤਾਜ਼ੀ ਸੂਈ ਉਹਨੂੰ ਦੋ ਟਾਈਮ 'ਤੇ ਚੋ ਲਿਓ ਜਿਹੜੀ ਤੋਕੜ ਗੱਬਣ ਉਹਨੂੰ ਵੀ ਚੋ ਲਿਓ ਅਤੇ ਨਾਲ ਚੈੱਕ ਪਾਸ ਕਰਾ ਕੇ ਫੇਰ ਲੈ ਕੇ ਜਾਇਓ ਜੀ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ